ਲਾਲੀ ਸਰਵਣ ਨੂੰ ਸੁਖਣਾ ਆਉਂਦਾ, ਸੁਖਨੇ ਵਿੱਚ ਗੱਲਾਂ ਕਰਦਾ, ਹਾਲ ਵੇ ਭਗਤਾ ਕੀ ਕਹਿੰਦਾ। ਸਰਵਣ ਬੋਲ ਗਾਲਾ ਅੱਖੀਆਂ ਵਿੱਚ ਹੰਝੂ, ਕੋਈ ਗੱਲ ਤੇ ਰਿਸ਼ੀ ਜੀ ਜਨਾਬੋ, ਕਿੱਥੋਂ ਹੋ ਗਏ ਨੇ। ਓਏ ਕਿੱਥੋਂ ਹੋ ਗਏ ਮੇਰੇ ਮਾਂ ਪਿਓ ਨੇ ਅੰਨੇ, ਕੁਝਾ ਭੇਜਣਾ ਇਹ ਮੇਰੇ ਤੋਂ ਲੁਕਾਵੋ, ਮੇਰੀ ਜਾਨ ਵੀ ਜੇ। ਓ ਮੇਰੀ ਜਾਨ ਵੀ ਜੇ ਜਾਵੇ ਤੇ ਉਹ ਜਾਵੇ, ਐਪਲ ਚਾਂਦਣਾ ਉਹਨਾਂ ਨੂੰ ਵਿਖਾਵੋ ਤੇ ਹਿੰਗ ਜੀਣਾ। ਓ ਤ੍ਰੇਹਗ ਜੀਵਣਾ ਜਹਾਂ ਨਹੀਂ ਉੱਤੇ ਮੇਰਾ, ਤੇਰੀ ਮੇਰੀ ਕਿਸੇ ਅੰਡੇ ਉੱਤੇ ਲਾਵੋ, ਹੱਸ ਬੋਲਦਾ। ਓਏ ਹੱਸ ਬੋਲਦਾ ਓਏ ਰਿਸ਼ੀ ਮਸਤਾਨਾ, ਸਰਵਣ ਪੁੱਤਰਾ ਮੈਂ ਤੈਨੂੰ ਸਮਝਾਵਾਂ, ਤੇਰੇ ਮਾਂ ਪਿਓ ਨੇ। ਓ ਤੇਰੇ ਮਾਂ ਪਿਓ ਨੇ ਤੇਰੇ ਲਈ ਚੰਨਾ ਕੀ ਕੀਤਾ ਸੀ, ਮੈਂ ਤੈਨੂੰ ਕੀ ਸੁਣਾਵਾਂ, ਤੈਨੂੰ ਪਾਲਿਆ। ਓ ਤੈਨੂੰ ਪਾਲਿਆ ਅੱਖੀਆਂ ਗਵਾਈਆਂ, ਬਾਲੀ ਬਾਲੀ ਤੇਰੇ ਮਾਂ ਪਿਓ ਤੂੰ ਜਾਵਾਂ ਕਰਨ ਤੀਰਥਾਂ ਦੀ। ਓਏ ਕਰਨ ਕੀਰਤਾਂ ਦੀ ਯਾਤਰਾ ਜੇ ਦੋਵੇਂ, ਪਾਣ ਅੱਖੀਆਂ ਤੇ ਖੁਸ਼ੀ ਮੈਂ ਮਨਾਵਾਂ ਅੰਨੇ ਮਾਂ ਪਿਓ ਨੂੰ। ਓਏ ਅੰਨੇ ਮਾਂ ਪਿਓ ਨੂੰ ਮੂਰਤੀ ਦੇ ਬਾਂਗੂ, ਸਰਵਣ ਵਜਦੇ ਨੇ ਵੈਂਗੀ ਤੇ ਬਿਠਾਇਆ ਤੁਰਿਆ ਤੀਰਥਾਂ ਨੂੰ। ਓ ਤੁਰਿਆ ਤੀਰਥਾਂ ਨੂੰ ਬੰਨ ਕੇ ਲੰਗੋਟਾ, ਜੇ ਮੇਰੀ ਸੀ ਨੇ ਸੀ ਉਹਨੂੰ ਸਮਝਾਇਆ, ਪਿਤਾ ਹੱਸ ਕੇ ਤੇ ਸਰਵਣ ਤਾਹੀਂ ਕਹਿੰਦਾ ਮੈਨੂੰ ਪਿਆਸ ਨੇ। ਮੈਨੂੰ ਪਿਆਸ ਨੇ ਬੱਚੇ ਆਸ ਤਾਇਆ, ਬੈਂਕੀ ਰੱਖ ਕੇ ਓਏ ਸੰਗੇ ਨੀ ਜੇ ਸਾਰੇ ਪਾਣੀ ਲੈਣ ਲਈ, ਉਹ ਜੰਗਲਾਂ ਨੂੰ ਤਾਇਆ ਪਾਣੀ ਲੈਣ ਲਈ, ਉਹ ਜੰਗਲਾਂ ਨੂੰ ਤਾਇਆ।